ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਾ ਮਿਲਣ ਤੋਂ ਉਪਜੇ ਦੁੱਖ ਤੋਂ ਬਾਅਦ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 3 ਦਸੰਬਰ ਨੂੰ ਪਸ਼ਚਾਤਾਪ ਪੈਦਲ ਯਾਤਰਾ ਸ਼ੁਰੂ ਕਰਕੇ ਗੁਰਮਿੰਦਰ ਸਿੰਘ ਸਾਮਾ ਜੀ ਅੱਜ 13ਵੇਂ ਦਿਨ ਦੀ ਯਾਤਰਾ ਗੁਰਦੁਆਰਾ ਜਨਮ ਸਥਾਨ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਸ਼ੁਰੂ ਕੀਤੀ ਤੇ ਰਾਹ ਵਿੱਚ ਉਹ ਸੰਗਤਾਂ ਨੂੰ ਇਹੀ ਵਿਚਾਰ ਸੁਣਾਉਂਦੇ ਰਹੇ ਕਿ ਆਪਾਂ ਸਭ ਗੁਰੂ ਸਾਹਿਬ ਦੇ ਅੱਗੇ ਅਰਜ ਕਰੀਏ, ਬੇਨਤੀ ਕਰੀਏ ਕਿ ਜੋ ਗਲਤੀਆਂ ਹੋਈਆਂ ਨੇ ਉਹ ਤੁਸੀਂ ਮਾਫ਼ ਕਰਨੀਆਂ ਨੇ। ਭਾਈ ਸਾਹਿਬ, ਇਹ ਪੈਦਲ ਯਾਤਰਾ ਕਰਕੇ ਆਏ ਨੇ ਪਟਿਆਲਾ ਤੋਂ, ਅਤੇ ਇਹ ਤੁਹਾਨੂੰ ਇਹ ਮੰਤਵ ਜਿਹੜਾ ਹੈਗਾ, ਤੁਹਾਨੂੰ ਇਹਦੇ ਨਾਲ ਤੁਸੀਂ ਕਿੰਨਾ ਕੁ ਇਤਫਾਕ ਰੱਖਦੇ ਹੋ, ਕਿੰਨੇ ਕੁ ਸਹਿਮਤ ਹੋ? ਬਹੁਤ ਸਹਿਮਤ ਆ ਜੀ। ਅਤੇ ਸਿੱਖ ਬੰਦੇ ਆ ਜੋ ਵੀ ਸੇਵਾ ਭਾਵਨਾ ਨੇ ਸ਼ਰਧਾ ਦਾ, ਹੁਣ ਜਿੰਨੀਆਂ ਸੰਗਤਾਂ ਨੂੰ ਇਹਨਾਂ ਨੇ ਪੈਦਲ ਯਾਤਰਾ ਕਰਦੇ ਪ੍ਰਚਾਰ ਹੋਇਆ, ਠੀਕ ਹੈ ਜੀ, ਜਿਵੇਂ ਦੇਖ ਕੇ ਉਦਮ ਜਖਤਾ ਅਗਲਾ ਦਾ ਇੱਕ, ਸਾਡੇ ਵੱਡਿਆਂ ਦੀਆਂ ਵੀ ਕੁਰਬਾਨੀਆਂ, ਬਿਲਕੁਲ ਹੈ, ਮੁਸਲਮਾਨ ਕੀਤੀਆਂ, ਸਾਰੇ ਕੀਤੀਆਂ, ਅਤੇ ਤੁਸੀਂ ਬਹੁਤ ਵੱਡਾ ਇਹ ਉਦਮ ਹੈ। ਜਿੰਨੀਆਂ ਵੀ ਸੰਗਤਾਂ ਨਾਮ ਲੇਵਾ ਜਿਨ੍ਹਾਂ ਨਾਲ ਤੁਸੀਂ ਜੋੜਦੇ ਆ, ਗੁਰੂ ਘਰ ਦੇ ਵਿੱਚ ਪਾਠ ਕਰਾਉਣ, ਸਹਿਜ ਪਾਠ ਕਰਾਉਣ, ਜਿੰਨਾ ਵੀ ਗੁਰਮੁਖੀ ਦਾ ਉਹਨਾਂ ਥੋੜ੍ਹਾ ਸਮਾਂ, ਹਾਂਜੀ ਹਾਂਜੀ, ਇਹੀ ਪਾਰ ਲਾਊਗਾ। ਰਾਹ ਵਿੱਚ ਜਿੱਥੇ ਵੀ ਸਰੀਰਕ ਥੋੜ੍ਹਾ ਜਿਹੀ ਥਕਾਵਟ ਹੋਈ, ਉੱਥੇ ਹੀ ਉਹਨਾਂ ਨੇ ਵਰਜਿਸ਼ ਕਰਕੇ ਸਰੀਰ ਨੂੰ ਦੁਬਾਰਾ ਤੋਂ ਤੁਰਨ ਲਾਇਕ ਬਣਾਇਆ। ਸੋ ਭਾਈ ਗੁਰਮਿੰਦਰ ਸਿੰਘ ਜੀ ਸਮਤ ਇਸੇ ਤਰ੍ਹਾਂ ਆਪਣੀ ਪਸ਼ਚਾਤਾਪ ਪੈਦਲ ਯਾਤਰਾ ਕਰਦੇ ਕਰਦੇ ਪਹੁੰਚੇ ਸ਼੍ਰੀ ਮੁਕਤਸਰ ਸਾਹਿਬ। ਮੁਕਤਸਰ ਸਾਹਿਬ ਦੇ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਉਹ ਪਹੁੰਚ ਗਏ ਆਪਣੇ ਉਸ ਅੰਤਿਮ ਪੜਾਅ ਦੇ ਉੱਪਰ ਜਿੱਥੇ ਗੁਰੂ ਸਾਹਿਬ ਅੱਗੇ ਉਹਨਾਂ ਨੇ ਅਰਦਾਸ ਕਰਨੀ ਹੈ। ਜੀ ਹਾਂ, ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ। ਭਾਈ ਸਾਹਿਬ, ਭਾਈ ਗੁਰਮਿੰਦਰ ਸਿੰਘ ਜੀ, ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਤੁਸੀਂ ਚੱਲੇ ਪਟਿਆਲਾ ਤੋਂ 3 ਦਸੰਬਰ ਨੂੰ, ਅਤੇ ਅੱਜ ਤੁਸੀਂ ਆਪਣਾ ਜਿਹੜਾ ਨਿਸ਼ਚਿਤ ਸਥਾਨ ਸੀਗਾ ਸ਼੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋ। ਰਾਹ 'ਚ ਕਿੰਨਾ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿੰਨਾ ਕੁ ਉਤਸ਼ਾਹ ਮਿਲਿਆ ਸੰਗਤਾਂ ਵੱਲੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਸਾਧ ਸੰਗਤ ਜੀ, ਮੈਂ ਇਹ ਕਲੀਅਰ ਕਰਦਾ ਵੀ ਮੈਂ ਕੋਈ ਭਾਈ ਸਾਹਿਬ ਨਹੀਂ ਹੈਗਾ। ਭਾਈ ਸਾਹਿਬ ਦੀ ਉਪਾਧੀ ਬਹੁਤ ਵੱਡੀ ਹੁੰਦੀ ਹੈ, ਮੈਂ ਇੱਕ ਬੜਾ ਆਮ ਜਿਹਾ ਸਿੱਖ ਹੈ। ਬਾਕੀ ਗੁਰੂ ਨੇ ਅੰਗ ਸੰਗ ਹੋ ਕੇ ਇੰਨਾ ਉਤਸ਼ਾਹ ਬਖਸ਼ਿਆ ਅਤੇ ਕੋਈ ਦਿੱਕਤ ਨਹੀਂ ਆਈ। ਮਾਲਕ ਅੰਗ ਸੰਗ ਸੀਗਾ ਅਤੇ ਲਈ ਆਇਆ। ਹਾਂ, ਮੇਰੇ ਲਈ ਹੈਰਾਨੀ ਦੀ ਗੱਲ ਬਹੁਤ ਹੈਗੀ ਆ ਕਿ ਸੀਮਤ ਸਮੇਂ ਦੇ ਵਿੱਚ ਇੱਥੇ ਪਹੁੰਚ ਹੋਈ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦੇ ਦਰਸ਼ਨ ਹੋਏ ਅਤੇ ਮਹਾਰਾਜ ਦੀ ਬੜੀ ਕਿਰਪਾ ਹੈਗੀ ਆ। ਮੈਂ ਗੁਰੂ ਨਾਨਕ ਸਾਹਿਬ ਦਾ ਕੋਟੀ ਕੋਟਨ ਧੰਨਵਾਦ ਹੀ ਕਰ ਹੈਗਾ ਕਿ ਉਹਨਾਂ ਨੇ ਯਾਤਰਾ ਆਪ ਅੰਗ ਸੰਗ ਹੋ ਕੇ ਸੰਪੂਰਨ ਕਰਾਈ ਹੈ ਅਤੇ ਬਹੁਤ ਧੰਨਵਾਦ ਆ ਮਾਲਕ ਦਾ। ਅਤੇ ਕੱਲ੍ਹ ਨੂੰ ਅਰਦਾਸ ਕਰਾਂਗੇ ਮਾਫ਼ੀ ਦੀ ਪੂਰੇ ਪੰਥ ਲਈ ਅਤੇ ਆਪਣੇ ਲਈ। ਬੜੀ ਕਿਰਪਾ ਮਾਲਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰਨ ਉਪਰੰਤ ਅੱਜ ਦੀ ਰਾਤ ਇੱਥੇ ਵਿਸ਼ਰਾਮ ਕਰਿਆ ਜਾਏਗਾ ਅਤੇ ਤੜਕਸਾਰ ਸਵੇਰੇ ਹੀ ਉੱਥੇ ਤੋਂ ਅਰਦਾਸ ਕੀਤੀ ਜਾਏਗੀ ਅਤੇ ਅਗਲੇ ਦਿਨ ਸਵੇਰੇ ਉੱਥੇ ਸੰਗਤਾਂ ਦੇ ਨਾਲ ਆਪਣਾ ਜਿਹੜਾ ਸੰਦੇਸ਼ ਹੈ ਭਾਈ ਗੁਰਮਿੰਦਰ ਸਿੰਘ ਜੀ ਦਾ ਉਹ ਸਾਂਝਾ ਕਰਨਗੇ। ਉਪਦੇਸ਼ ਸਾਂਝਾ ਕਰਨ ਉਪਰੰਤ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਗੇ ਅਤੇ 11 ਵਜੇ ਮਾਫ਼ੀਨਾਮੇ ਦੀ ਅਰਦਾਸ ਕੀਤੀ ਜਾਏਗੀ ਭਾਈ ਗੁਰਮਿੰਦਰ ਸਿੰਘ ਵੱਲੋਂ ਅਤੇ ਸਾਰੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਕਿ ਹੇ ਅਕਾਲ ਪੁਰਖ, ਸਾਡੇ ਕੋਲ ਜੋ ਗਲਤੀਆਂ ਹੋਈਆਂ ਨੇ ਉਸ ਦੀ ਮਾਫ਼ੀ ਦੇਣੀ। ਅੱਗੇ ਤੋਂ ਸਾਰੇ ਸਿੱਖ ਭਾਈਆਂ ਨੂੰ, ਸਾਰੇ ਪੰਜਾਬੀ ਵੀਰਾਂ ਨੂੰ ਇਕੱਤਰਿਤ ਹੋਣ ਦਾ ਬਲ ਬਖਸ਼ਣਾ।